ਮੁਰਗੀ ਦੇ ਚੂਚਿਆਂ ਦੇ ਨਾਲ ਭਰਿਆ ਇੱਕ ਟਰੱਕ ਸੜਕ ਦੇ ਕਿਨਾਰੇ ਪਲਟੀ ਹੋ ਗਿਆ। ਦੱਸ ਦਈਏ ਕਿ ਨੈਸ਼ਨਲ ਹਾਈਵੇ ਦੇ ਉੱਤੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਕਿ ਚੂਚਿਆਂ ਦੇ ਨਾਲ ਭਰਿਆ ਹੋਇਆ ਇੱਕ ਟਰੱਕ ਸੜਕ ਤੇ ਪਲਟੀ ਹੋ ਜਾਂਦਾ। ਹਾਲਾਂਕਿ ਕਈ ਚੂਚਿਆਂ ਦੀ ਇਸ ਦੇ ਵਿੱਚ ਦਰਦਨਾਕ ਮੌਤ ਹੋ ਜਾਂਦੀ ਹੈ। ਰਾਹਗੀਰ ਮੌਕੇ ਦੇ ਉੱਤੇ ਪਹੁੰਚਦੇ ਨੇ ਤੇ ਕਈ ਚੂਚਿਆਂ ਨੂੰ ਆਪਣੇ ਨਾਲ ਹੀ ਚੱਕ ਕੇ ਲੈ ਗਏ ਨੇ। ਹਾਲਾਂਕਿ ਕਈ ਚੂਚੇ ਹਾਲੇ ਵੀ ਸੜਕ ਦੇ ਉੱਤੇ ਖਿਲਰੇ ਪਏ ਨੇ, ਕਈਆਂ ਦੀ ਜਾਨ ਚਲੀ ਗਈ ਹੈ, ਪਰ ਡਰਾਈਵਰ ਇਸ ਹਾਦਸੇ ਦੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਤਾਂ ਦੱਸ ਦਈਏ ਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਦੱਸ ਦਈਏ ਕਿ ਨੈਸ਼ਨਲ ਹਾਈਵੇ ਦੇ ਉੱਤੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਕਿ ਇੱਕ ਚੂਚਿਆਂ ਦੇ ਨਾਲ ਭਰਿਆ ਹੋਇਆ ਟਰੱਕ ਬੇਕਾਬੂ ਹੋ ਜਾਂਦਾ, ਸੜਕ ਦੇ ਕਿਨਾਰੇ ਜਾ ਕੇ ਪਲਟ ਜਾਂਦਾ, ਸੰਤੁਲਨ ਵਿਗੜਦਾ ਇਸਦਾ, ਤੇ ਜਿਸ ਦੇ ਵਿੱਚ ਕਈ ਚੂਚਿਆਂ ਦੀ ਮੌਤ ਹੋ ਗਈ ਹੈ। ਤੇ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸੜਕ ਦੇ ਉੱਤੇ ਵੀ ਜੋ ਚੂਚਿਆਂ ਵਾਲੇ ਡੱਬੇ ਨੇ ਉਹ ਖਿਲਰੇ ਨਜ਼ਰ ਆ ਰਹੇ ਨੇ। ਹਾਲਾਂਕਿ ਕਈ ਚੂਚੇ ਕਿਹਾ ਜਾ ਰਿਹਾ ਕਿ ਇਸ ਦੇ ਵਿੱਚ ਦੱਬ ਗਏ ਨੇ ਟਰੱਕ ਦੇ ਹੇਠਾਂ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ। ਤਾਂ ਵੱਡਾ ਨੁਕਸਾਨ ਹੋਇਆ, ਉੱਥੇ ਟਰੱਕ ਜੋ ਹੈ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ, ਡਰਾਈਵਰ ਦੇ ਗੰਭੀਰ ਸੱਟਾਂ ਲੱਗੀਆਂ ਨੇ। ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਹਾਦਸਾ ਕਿਵੇਂ ਵਾਪਰਿਆ, ਕੀ ਕੋਈ ਡਰਾਈਵਰ ਦੀ ਲਾਪਰਵਾਹੀ ਹੈ ਜਾਂ ਫਿਰ ਕਿਸ ਤਰੀਕੇ ਦੇ ਨਾਲ ਇਹ ਗੱਡੀ ਪਲਟੀ ਹੋਈ ਹੈ, ਇਹਨਾਂ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ। ਪਰ ਦੂਜੇ ਪਾਸੇ ਕਿਹਾ ਜਾ ਸਕਦਾ ਹੈ ਕਿ ਜੋ ਚੂਚੇ ਨੇ ਉਹਨਾਂ ਦੀ ਦਰਦਨਾਕ ਮੌਤ ਹੋ ਗਈ ਹੈ। ਹਾਲਾਂਕਿ ਤਸਵੀਰਾਂ ਦੇ ਵਿੱਚ ਵੀ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਈ ਚੂਚੇ ਹਾਲੇ ਵੀ ਜਿਉਂਦੇ ਸੜਕ ਦੇ ਉੱਤੇ ਖਿਲਰੇ ਪਏ ਨੇ, ਤੇ ਕਿਹਾ ਜਾ ਰਿਹਾ ਕਿ ਜੋ ਵੀ ਰਾਹਗੀਰ ਇੱਥੋਂ ਨਿਕਲ ਰਹੇ ਨੇ ਇਹਨਾਂ ਚੂਚਿਆਂ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਨੇ। ਫਿਲਹਾਲ ਮੌਕੇ ਦੇ ਉੱਤੇ ਹੋਰ ਵੀ ਲੋਕ ਪਹੁੰਚੇ ਨੇ ਤੇ ਇਹਨਾਂ ਨੂੰ ਹੁਣ ਰੈਸਕਿਊ ਕੀਤਾ ਜਾ ਰਿਹਾ। ਮੁਰਗੀ ਦੇ ਚੂਚਿਆਂ ਦੇ ਨਾਲ ਭਰਿਆ ਇੱਕ ਟਰੱਕ ਸੜਕ ਦੇ ਕਿਨਾਰੇ ਪਲਟੀ ਹੋ ਗਿਆ। ਦੱਸ ਦਈਏ ਕਿ ਨੈਸ਼ਨਲ ਹਾਈਵੇ ਦੇ ਉੱਤੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਕਿ ਚੂਚਿਆਂ ਦੇ ਨਾਲ ਭਰਿਆ ਹੋਇਆ ਇੱਕ ਟਰੱਕ ਸੜਕ ਤੇ ਪਲਟੀ ਹੋ ਜਾਂਦਾ। ਹਾਲਾਂਕਿ ਕਈ ਚੂਚਿਆਂ ਦੀ ਇਸ ਦੇ ਵਿੱਚ ਦਰਦਨਾਕ ਮੌਤ ਹੋ ਜਾਂਦੀ ਹੈ। ਰਾਹਗੀਰ ਮੌਕੇ ਦੇ ਉੱਤੇ ਪਹੁੰਚਦੇ ਨੇ ਤੇ ਕਈ ਚੂਚਿਆਂ ਨੂੰ ਆਪਣੇ ਨਾਲ ਹੀ ਚੱਕ ਕੇ ਲੈ ਗਏ ਨੇ। ਹਾਲਾਂਕਿ ਕਈ ਚੂਚੇ ਹਾਲੇ ਵੀ ਸੜਕ ਦੇ ਉੱਤੇ ਖਿਲਰੇ ਪਏ ਨੇ, ਕਈਆਂ ਦੀ ਜਾਨ ਚਲੀ ਗਈ ਹੈ, ਪਰ ਡਰਾਈਵਰ ਇਸ ਹਾਦਸੇ ਦੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਤਾਂ ਦੱਸ ਦਈਏ ਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਦੱਸ ਦਈਏ ਕਿ ਨੈਸ਼ਨਲ ਹਾਈਵੇ ਦੇ ਉੱਤੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਕਿ ਇੱਕ ਚੂਚਿਆਂ ਦੇ ਨਾਲ ਭਰਿਆ ਹੋਇਆ ਟਰੱਕ ਬੇਕਾਬੂ ਹੋ ਜਾਂਦਾ, ਸੜਕ ਦੇ ਕਿਨਾਰੇ ਜਾ ਕੇ ਪਲਟ ਜਾਂਦਾ, ਸੰਤੁਲਨ ਵਿਗੜਦਾ ਇਸਦਾ, ਤੇ ਜਿਸ ਦੇ ਵਿੱਚ ਕਈ ਚੂਚਿਆਂ ਦੀ ਮੌਤ ਹੋ ਗਈ ਹੈ। ਤੇ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸੜਕ ਦੇ ਉੱਤੇ ਵੀ ਜੋ ਚੂਚਿਆਂ ਵਾਲੇ ਡੱਬੇ ਨੇ ਉਹ ਖਿਲਰੇ ਨਜ਼ਰ ਆ ਰਹੇ ਨੇ। ਹਾਲਾਂਕਿ ਕਈ ਚੂਚੇ ਕਿਹਾ ਜਾ ਰਿਹਾ ਕਿ ਇਸ ਦੇ ਵਿੱਚ ਦੱਬ ਗਏ ਨੇ ਟਰੱਕ ਦੇ ਹੇਠਾਂ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ। ਤਾਂ ਵੱਡਾ ਨੁਕਸਾਨ ਹੋਇਆ, ਉੱਥੇ ਟਰੱਕ ਜੋ ਹੈ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ, ਡਰਾਈਵਰ ਦੇ ਗੰਭੀਰ ਸੱਟਾਂ ਲੱਗੀਆਂ ਨੇ। ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਹਾਦਸਾ ਕਿਵੇਂ ਵਾਪਰਿਆ, ਕੀ ਕੋਈ ਡਰਾਈਵਰ ਦੀ ਲਾਪਰਵਾਹੀ ਹੈ ਜਾਂ ਫਿਰ ਕਿਸ ਤਰੀਕੇ ਦੇ ਨਾਲ ਇਹ ਗੱਡੀ ਪਲਟੀ ਹੋਈ ਹੈ, ਇਹਨਾਂ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪਰ ਦੂਜੇ ਪਾਸੇ ਕਿਹਾ ਜਾ ਸਕਦਾ ਹੈ ਕਿ ਜੋ ਚੂਚੇ ਨੇ ਉਹਨਾਂ ਦੀ ਦਰਦਨਾਕ ਮੌਤ ਹੋ ਗਈ ਹੈ। ਹਾਲਾਂਕਿ ਤਸਵੀਰਾਂ ਦੇ ਵਿੱਚ ਵੀ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਈ ਚੂਚੇ ਹਾਲੇ ਵੀ ਜਿਉਂਦੇ ਸੜਕ ਦੇ ਉੱਤੇ ਖਿਲਰੇ ਪਏ ਨੇ, ਤੇ ਕਿਹਾ ਜਾ ਰਿਹਾ ਕਿ ਜੋ ਵੀ ਰਾਹਗੀਰ ਇੱਥੋਂ ਨਿਕਲ ਰਹੇ ਨੇ ਇਹਨਾਂ ਚੂਚਿਆਂ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਨੇ। ਫਿਲਹਾਲ ਮੌਕੇ ਦੇ ਉੱਤੇ ਹੋਰ ਵੀ ਲੋਕ ਪਹੁੰਚੇ ਨੇ ਤੇ ਇਹਨਾਂ ਨੂੰ ਹੁਣ ਰੈਸਕਿਊ ਕੀਤਾ ਜਾ ਰਿਹਾ ਹੈ।